சருவல அந்தர சருவல அந்தர ஹீரா மொத்தி சோஹன்சா सोहन सादा खाना सर्व भैर अंदर हीरा मोती सरोवर हंस सरोवर हंस तुरे ही मेला खसम एवे भाड़ा सरोवर अंदर हीरा मोती सरोवर हंस तुरे ही मेला तुरे ही मेला खसमे खसमे एवे भाना सरोवर अंदर हीरा मोती सरोवर अंदर हीरा मोती सोहन सादा खाना सोहन सादा खाना बगला काग
Such a command, such a
ਪਾਈਏ ਕੂੜੇ ਕੂੜਾ ਹੰਸਾ ਦਾ ਖਾਣਾ ਸੋ
ਹੰਸਾਂ ਦਾ ਕਾਰਨ ਬਗਲਾ ਤਾਗ ਨਾ ਰਹੀ ਸਰਵਰ ਨਾ ਰਹੀ ਸਰਵਰ ਉਨਾ ਰਿਜਕ ਨਾ ਪਾਇਓ ਨਾ ਰਹੀ ਸਰਵਰ ਉਨਾ ਰਿਜਕ ਨਾ ਪਾਇਓ ਉਥੇ ਉਨਾ ਹੋਰੋ ਖਾਣਾ ਹੰਸਾ ਹੀ ਰੱਬ ਉਨਾ ਹੋਰੋ ਖਾਣਾ ਬਗਲਾ ਕਾਗ ਨਾ ਰਹੀ ਸਰਵਰ ਹੰਸ ਸਰਵਰ ਇਕੱਠੇ ਹੋਏ ਗੁਰਸਾਗਰ ਗੁਰਸਾਗਰ ਰਤਨੀ ਭਰਪੂਰ ਅੰਮ੍ਰਿਤ ਸੰਤ ਚੁਗੈ ਨਹੀਂ ਦੂਰ ਹਰ ਰਸ ਚੋਗ ਚੁਗੈ ਪ੍ਰਭ ਭਾਵ ਚੋਗ ਚੁਗੈ ਪ੍ਰਭ ਭਾਵੈ ਸਾਗਰ ਮੈਂ ਹੰਸ ਪ੍ਰਾਣ ਪਤ ਪਾਵੈ ਕਿਆ ਬਗ ਬੱਪੜਾ ਛੱਪੜੀ ਨਾਏ ਬਗਲਾ ਕਾਗ ਨਾ ਰਹੀ ਸਰਵਰ ਕਿਆ ਬਗ ਬੱਪੜਾ ਛੱਪੜੀ ਨਾਏ ਕਿਚੜ ਡੂਬੈ ਕਿਚੜ ਡੂਬੈ ਮੈਲ ਨਾ ਜਾਏ ਗੁਰਸਾਗਰ ਰਤਨੀ ਭਰਪੂਰ ਸਤਿਗੁਰ ਸਰਵਰ ਸਤਿਗੁਰ ਸਰਵਰ ਰਤਨੀ ਭਰਪੂਰ ਜਿਸ ਪ੍ਰਾਪਤ ਸੋ ਪਾਵੈ ਸਤਿਗੁਰ ਸਰਵਰ ਰਤਨੀ ਭਰਪੂਰ ਰਤਨੀ ਭਰਪੂਰ ਜਿਸ ਪ੍ਰਾਪਤ ਸੋ ਪਾਵੈ ਸਿੱਖ ਹੰਸ ਸਰਵਰ ਇਕੱਠੇ ਹੋਏ ਸਿੱਖ ਹੰਸ ਸਰਵਰ ਇਕੱਠੇ ਹੋਏ
ਸਤਿਗੁਰ ਕੈ ਹੁਕਮ ਆਵੈ ਸਤਿਗੁਰ ਕੈ ਹੁਕਮ ਆਵੈ ਰਤਨ ਪਦਾਰਥ ਮਾਨਕ ਸਰਵਰ ਭਰਪੂਰੇ ਰਤਨ ਪਦਾਰਥ ਮਾਨਕ ਸਰਵਰ ਭਰਪੂਰੇ ਖਾਏ ਖਰਚ ਰਹੇ ਟੋਟ ਨ ਆਵੇ ਖਾਏ ਖਰਚ ਰਹੇ ਟੋਟ ਨ ਆਵੇ ਗੁਰ ਸਾਗਰ ਰਤਨੀ ਭਰਪੂਰੇ ਖਾਏ ਖਰਚ ਰਹੇ ਟੋਟ ਨ ਆਵੇ ਸਰਵਰ ਹੰਸ ਦੂਰ ਨਾ ਹੋਈ ਰਿਸ਼ਤਾ ਮਨੁੱਖ ਨੂੰ ਜਿੱਥੇ ਜੀਵਨ ਦੇ ਸਾਧਨ ਮਿਲਣ ਉੱਥੇ ਦਿਲ ਲੱਗਦਾ ਉਹਦੇ ਬਿਨਾਂ ਰਹਿ ਨਹੀਂ ਸਕਦਾ ਗੁਰੂ ਨੇ ਬਾਣੀ ਅੰਦਰ ਸਿੱਖ ਤੇ ਗੁਰੂ ਦਾ ਅਤੁੱਟ ਰਿਸ਼ਤਾ ਸਮਝਾਇਆ ਹੈ ਇਹ ਸਬਜੈਕਟ ਅੱਜ ਇਸ ਲਈ ਸਾਨੂੰ ਪਤਾ ਲੱਗ ਜਾਏ ਸਧਾਰਨ ਰਿਸ਼ਤਾ ਨਹੀਂ ਦੂਰ ਹੋ ਹੀ ਨਹੀਂ ਸਕਦੇ ਇਸੇ ਲਈ ਆਖ ਦਿੱਤਾ ਨਾ ਚੱਖੜ ਝਾਂਗੀ ਮੀਂਹ ਬਰਸੇ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਦੂਰ ਨਹੀਂ ਹੁੰਦਾ ਜੀਵਨ ਗੁਰੂ ਤੋਂ ਟੁੱਟਣਾ ਸਿੱਖ ਦਾ ਮੌਤ ਦੇ ਗਲਬੇ ਵਿੱਚ ਜਾਣਾ ਹੈ ਸਿੱਖੀ ਨਹੀਂ ਬਚਦੀ ਸਰੂਪ ਬਚ ਜਾਂਦਾ ਹੈ ਸਰੂਪ ਤਾਂ ਹੰਸ ਵਾਲਾ ਬਗਲੇ ਕੋਲ ਵੀ ਹੈ ਪਰ ਦੋਹਾਂ ਵਿੱਚ ਕੋਈ ਫਰਕ ਹੈ ਨਾ ਸਰੂਪ ਵਿੱਚ ਅਤੇ ਸਿਧਾਂਤ ਵਿੱਚ ਜਿਹੜਾ ਫਰਕ ਹੈ ਉਹ ਵੀ ਅੱਜ ਦੇ ਇਸ ਦ੍ਰਿਸ਼ਟਾਂਤ ਵਿੱਚੋਂ ਸਪਸ਼ਟ ਹੋ ਰਿਹਾ ਹੈ ਕਿਉਂਕਿ ਦੋ ਗੱਲਾਂ ਨਾਲ ਨਾਲ ਕਰ ਰਹੇ ਨੇ ਇੱਕ ਪਾਸੇ ਸਰਵਰ ਹੰਸ ਤੁਰੇ ਹੀ ਮੇਲਾ ਅਤੇ ਇੱਕ ਪਾਸੇ ਕਹਿੰਦੇ ਨੇ ਬਗਲਾ ਕਾਂਗ ਨ ਰਹੀ ਸਰਵਰ ਬਗਲੇ ਦਾ ਅਤੇ ਹੰਸ ਦਾ ਸਰੂਪ ਦਾ ਤਾਂ ਫਰਕ ਕੋਈ ਨਹੀਂ ਸ਼ਕਲ ਇੱਕੋ ਜਿਹੀ ਹੈ ਰੰਗ ਦੋਹਾਂ ਦਾ ਚਿੱਟਾ ਹੈ ਖੰਭ ਦੋਹਾਂ ਦੇ ਸਫੈਦ ਨੇ ਸਰੂਪ ਕਰਕੇ ਕੋਈ ਫਰਕ ਨਹੀਂ
ਪਰ ਇੱਕ ਖਿਆਲ ਕਰਿਓ, ਦੋਵਾਂ ਦੇ ਸਿਧਾਂਤ ਵਿੱਚ ਜੀਵਨ ਸ਼ੈਲੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਸਰੂਪ ਕਰਕੇ ਫਰਕ ਨੇ। ਇਹਦਾ ਮਤਲਬ ਸਰੂਪ ਦਾ ਇੱਕ ਹੋ ਜਾਣਾ, ਇੱਕੋ ਜਿਹੀ ਸ਼ਕਲ ਦਾ ਹੋਣਾ ਵੀ ਕੋਈ ਫੈਸਲਾ ਨਹੀਂ। ਇਸ ਲਈ ਅੱਜ ਦੇ ਸ਼ਬਦ ਵਿੱਚ ਦੋ ਗੱਲਾਂ ਸਾਹਮਣੇ ਰੱਖ ਦਿੱਤੀਆਂ। ਕਹਿਣ ਲੱਗੇ ਸਿੱਖ ਹੰਸ ਸਰਵਰ ਇਕੱਠੇ ਹੋਏ ਤੁਰੇ ਹੀ ਮੇਲਾ। ਇਹ ਰਿਸ਼ਤਾ ਤੁਰਦਾ ਸਾਡਾ ਦੁਖਾਂਤ ਜਿਹੜਾ ਅੱਜ ਸਭ ਤੋਂ ਸਾਹਮਣੇ। ਮੈਂ ਇਸ ਸਥਾਨ ਨੂੰ, ਇਸ ਸਟੇਜ ਨੂੰ ਇਸ ਲਈ ਵੀ ਵਰਤਣਾ ਚਾਹੁੰਦਾ ਕਿ ਜਿਹੜੇ ਜਿਹੜੇ ਅੱਜ ਦੇ ਦੁਖਾਂਤ ਨੇ, ਜਿੱਥੇ ਆ ਕੇ ਜਿਨ੍ਹਾਂ ਮੋੜਾਂ 'ਤੇ ਅੱਜ ਸਿੱਖੀ ਖੜੀ ਖਤਰਨਾਕ ਮੋੜ ਮੁੜ ਰਹੀ ਹੈ, ਉਹਨਾਂ ਤੋਂ ਵੀ ਸਾਨੂੰ ਚੇਤੰਨ ਹੋਣਾ ਪਵੇਗਾ। ਉਹ ਹੈ ਸਰੂਪ ਦੀ ਸਿੱਖੀ। ਸ਼ਕਲ ਬਣਾ ਲੈਣੀ ਸਿੱਖਾਂ ਦੀ, ਇਹ ਬੜਾ ਆਸਾਨ ਹੈ, ਬੜਾ ਸੌਖਾ ਹੈ। ਸਤਿਗੁਰੂ ਨੇ ਬਾਣੀ ਵਿੱਚ ਦੋ ਬਗਲੇ ਅਤੇ ਹੰਸ ਬਾਰੇ ਇੱਕ ਲਫ਼ਜ਼ ਕਹਿਣ ਲੱਗੇ ਹੰਸ ਸੇ ਹੰਸਾ ਹੰਸ ਸੇ ਹੰਸਾ ਬੱਗ ਸੇ ਬੱਗਾ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜੀਆ। ਹੰਸ ਹੰਸ ਵਰਗਾ, ਬਗਲਾ ਬਗਲੇ ਵਰਗਾ, ਦੋਵਾਂ ਦੀ ਸ਼ਕਲ ਮਿਲਦੀ ਹੈ, ਦੋਵਾਂ ਦਾ ਸਰੂਪ ਮਿਲਦਾ ਹੈ, ਪਰ ਅੰਦਰ ਬੈਠਾ ਰੱਬ ਵਿਚਾਰ ਕਰਦਾ ਹੈ ਹੰਸ ਅਤੇ ਬਗਲੇ ਵਿੱਚ ਫਰਕ ਕੀ ਹੈ, ਜਿਹੜੀ ਵਿਚਾਰ ਅਸੀਂ ਨਹੀਂ ਕਰ ਸਕਦੇ ਪਏ। ਅੱਜ ਦਾ ਦੁਖਾਂਤ ਹੈ। ਸਤਿਗੁਰੂ ਕਹਿੰਦੇ ਨੇ ਘਟ ਘਟ ਕਰੇ ਵਿਚਾਰ ਜੀ, ਉਹ ਅੰਦਰ ਬੈਠਾ ਮਾਲਕ ਤਾਂ ਵਿਚਾਰ ਕਰ ਰਿਹਾ, ਸੋਚ ਸਮਝ ਰਿਹਾ ਇਹ ਹੰਸ ਹੈ ਇਹ ਬਗਲਾ, ਸਾਨੂੰ ਨਹੀਂ ਪਤਾ ਲੱਗੇਗਾ। ਅਸੀਂ ਦੇਖਾਂਗੇ ਸ਼ਕਲ ਇੱਕੋ ਜਿਹੀ ਹੈ ਅਤੇ ਗੁਰੂ ਆਪਣੀ ਰਚਨਾ ਤੋਂ ਕੋਈ ਸੰਕੋਚ ਨਹੀਂ ਰੱਖੇ, ਬੜਾ ਸਪਸ਼ਟ ਫੈਸਲੇ ਦਿੱਤੇ ਨੇ। ਇੱਕ ਥਾਂ 'ਤੇ ਭਾਈ ਗੁਰਦਾਸ ਜੀ ਨੇ ਵੀ ਇੱਕ ਲਫ਼ਜ਼ ਕਹਿਣਾ, ਕਹਿੰਦੇ ਨੇ ਧਰਮ ਸਾਲ ਹੈ ਮਾਨ ਸਰ। ਆ ਗੁਰਦੁਆਰੇ ਕੀ ਨੇ, ਧਰਮਸ਼ਾਲਾ ਕੀ ਨੇ, ਮਾਨਸਰ ਮਾਨ ਸਰੋਵਰ, ਅਤੇ ਇੱਥੇ ਇਕੱਠੇ ਹੁੰਦੇ ਨੇ ਗੁਰਸਿੱਖ ਹੰਸ। ਧਰਮਸ਼ਾਲਾ ਹੈ ਮਾਨਸਰ, ਹੰਸ ਗੁਰਸਿੱਖ ਵਾਹੋ।
ਭਾਈ ਗੁਰਦਾਸ ਜੀ ਹੰਸ ਗੁਰਸਿੱਖ ਵਾਹ ਤੇ ਉਹ ਕਿਉਂ ਇਕੱਠੇ ਹੁੰਦੇ ਨੇ? ਕਿਉਂਕਿ ਰਤਨ ਪਦਾਰਥ ਗੁਰ ਸ਼ਬਦ ਭਾਈ ਗੁਰਦਾਸ ਜੀ ਗੁਰੂ ਸ਼ਬਦ ਦਾ ਰਤਨ ਪਦਾਰਥ ਹੈ ਇੱਥੇ ਅਤੇ ਜੇ ਇੱਥੇ ਵੀ ਗੁਰੂ ਸ਼ਬਦ ਦਾ ਰਤਨ ਪਦਾਰਥ ਨਾ ਹੋਵੇ ਸਾਡੇ ਸਾਹਮਣੇ ਤਾਂ ਔਕੜਾਂ ਨੇ। ਅੱਜ ਧਰਮਸਾਲ ਦੇ ਕਿਸੇ ਹਿੱਸੇ ਵਿੱਚ ਜਿਹਨੂੰ ਅਸੀਂ ਧਰਮਸਾਲ ਜਾਂ ਗੁਰਦੁਆਰਾ ਆਖ ਰਹੇ ਹਾਂ ਉੱਥੇ ਜਾ ਕੇ ਦੇਖੋ ਅਤੇ ਸਾਡੇ ਸਾਹਮਣੇ ਸਪਸ਼ਟ ਹੋ ਜਾਏਗਾ ਕਿ ਉੱਥੇ ਰਤਨ ਪਦਾਰਥ ਦੀ ਪਛਾਣ ਕੋਈ ਨਹੀਂ, ਕਿਉਂਕਿ ਰਤਨ ਵੀ ਪਰਖਣੇ ਪੈਂਦੇ ਨੇ। ਗੁਰੂ ਨੇ ਬਾਣੀ ਵਿੱਚ ਆਖਿਆ ਰਤਨ ਪਾਰਖ ਜੇ ਹੋਵੇ ਰਤਨ ਪਾਰਖ ਜੇ ਹੋਵੇ ਸੋ ਰਤਨ ਕਰੇ ਵਿਚਾਰ ਰਤਨ ਸਾਰ ਨਾ ਜਾਣੇ ਫਿਰ ਕੀ ਹੋ ਗਿਆ? ਸਟੇਜ ਤੋਂ ਕੀ ਪੜਿਆ ਜਾ ਰਿਹਾ ਹੈ ਪੜ੍ਹਨ ਵਾਲੇ ਨੂੰ ਵੀ ਪਤਾ ਨਹੀਂ ਹੋਣਾ। ਮੈਂ ਤਾਂ ਹੈਰਾਨ ਹੁੰਦਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਪਸ਼ਟਤਾ ਦੇਖਣਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਕ ਗੱਲ ਆਖੀ ਅਤੇ ਫੈਸਲੇ ਕੋਲ ਆਖੀ, ਕਹਿਣ ਲੱਗੇ ਜੇ ਗੁਰੂ ਦੇ ਸ਼ਬਦ ਦੀ ਰਤਨ ਦੀ ਪਰਖ ਕਰਨੀ ਹੋਵੇ, ਕਿਉਂਕਿ ਬਿਨਾਂ ਪਰਖ ਦੇ ਤਾਂ ਪਤਾ ਨਹੀਂ ਲੱਗਣਾ, ਜੇ ਪਰਖ ਕਰਨੀ ਹੋਵੇ ਕਿਵੇਂ ਹੋਵੇ? ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਕੁਛ ਨਿਯਮ ਨੇ ਜਿਨ੍ਹਾਂ ਤੋਂ ਪਰਖ ਹੋ ਸਕਦੀ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਤੁਸੀਂ ਸ਼ਬਦ ਰਤਨ ਦਾ ਭੋਜਨ ਕਰਨ ਆਏ ਹੋ ਉਹਨੂੰ ਪਛਾਣੋ। ਹੰਸ ਨੂੰ ਪਰਮ ਹੰਸ ਵੀ ਭਾਈ ਗੁਰਦਾਸ ਜੀ ਨੇ ਆਖਿਆ, ਭਾਈ ਸਾਹਿਬ ਨੇ ਆਖਿਆ ਸਤਿਗੁਰ ਗੁਰ ਸਿੱਖ ਵੰਸੀ ਪਰਮ ਹੰਸ, ਉਹ ਹੰਸਾਂ ਨਾਲੋਂ ਵਧੀਆ ਹੈ, ਉਹਦੀ ਕੁਆਲਿਟੀ ਹੋਰ ਉੱਚੀ ਹੈ, ਉਹ ਪਰਮ ਹੰਸ ਹੈ। ਉਹਦਾ ਕਾਰਨ ਕੀ? ਕਿਉਂਕਿ ਉਹਨੇ ਆਪਣੀ ਚੋਗ ਨਿਸ਼ਚਿਤ ਕਰਕੇ ਨਿਰੀ ਨਿਸ਼ਚਿਤ ਨਹੀਂ ਕੀਤੀ, ਪਛਾਣ ਕੇ ਨਿਸ਼ਚਿਤ ਕੀਤੀ ਹੈ। ਹੁਣ ਉਹ ਧੋਖਾ ਨਹੀਂ ਖਾਂਦਾ, ਬਲਕਿ ਇੱਕ ਥਾਂ 'ਤੇ ਬੜੀ ਖੂਬਸੂਰਤ ਐਗਜ਼ਾਮਪਲ ਦਿੱਤੀ ਗੁਰੂ ਨੇ ਬਾਣੀ ਵਿੱਚ। ਕਹਿਣ ਲੱਗੇ ਹੰਸਾਂ ਦੀ ਡਾਰ ਕਿਤੇ ਬਹੁਤ ਸਾਰੇ ਹੰਸ ਕਿਸੇ ਕੁਦਰੇ ਦੇ ਖੇਤ ਵਿੱਚ ਆਰਾਮ ਕਰਨ ਲਈ ਉੱਡਦੇ ਉੱਡਦੇ ਥੱਕ ਗਏ ਅਤੇ ਬਹਿ ਗਏ, ਅਤੇ ਜਿਹੜਾ ਖੇਤ ਦਾ ਮਾਲਕ ਕਿਸਾਨ ਸੀ ਉਹਨੂੰ ਫਿਕਰ ਪੈ ਗਿਆ ਪੰਛੀ ਆ ਗਏ ਨੇ
ਖੇਤ ਉਜਾੜ ਦੇਣਗੇ, ਖੇਤ ਉਜਾੜ ਦੇਣਗੇ। ਅਸੀਂ ਦੇਖਿਆ ਜਦੋਂ ਕੋਈ ਆਣ ਪੈਂਦੀ ਹੈ ਜਾਂ ਖੇਤ ਵਿੱਚ ਕੋਈ ਪੰਛੀ ਆਉਂਦੇ ਨੇ, ਅੱਜ ਵੀ ਦੇਖਦੇ ਹਾਂ ਕਿਸਾਨ ਉਸੇ ਵਕਤ ਦੌੜਦੇ ਨੇ ਖੇਤਾਂ ਨੂੰ ਪੀਪੇ ਖੜਕਾਉਂਦੇ ਨੇ ਕਿਸੇ ਤਰ੍ਹਾਂ ਇਹ ਇੱਥੋਂ ਉੱਡ ਜਾਣ, ਕਿਤੇ ਖੇਤ ਨਾ ਉੱਜੜ ਜਾਏ। ਗੁਰੂ ਨੇ ਬਾਣੀ ਵਿੱਚ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਹੰਸਾਂ ਦੀ ਡਾਰ, ਬਹੁਤ ਸਾਰੇ ਹੰਸ ਕਿਸੇ ਕੋਧਰੇ ਦੇ ਖੇਤ ਵਿੱਚ ਆ ਕੇ ਬਹਿ ਗਏ ਅਤੇ ਕਿਸਾਨ ਨੂੰ ਫਿਕਰ ਹੋ ਗਿਆ। ਲੋਕ ਇਕੱਠੇ ਕੀਤੇ, ਹੱਥਾਂ ਵਿੱਚ ਪੀਪੇ ਫੜੇ, ਆ ਕੇ ਖੜਕਾਉਣ ਲੱਗ ਪਏ ਉੱਡ ਜਾਣ। ਅਤੇ ਗੁਰੂ ਨੇ ਬਾਣੀ ਵਿੱਚ ਇੱਕ ਆਵਾਜ਼ ਦਿੱਤੀ, ਕਹਿਣ ਲੱਗੇ ਹੰਸ ਉੱਡਰ ਕੋਧਰੇ ਵਹਾ, ਹੰਸ ਉੱਡਰ ਕੋਧਰੇ ਵਹਾ, ਲੋਕ ਵਿਡਾਰਨ ਜਾਏ। ਲੋਕ ਉਹਨੂੰ ਉਡਾਉਣ ਲਈ ਆ ਗਏ, ਕਿਤੇ ਖੇਤ ਨੂੰ ਉਜਾੜ ਦੇਵੇ। ਲੋਕ ਵਿਡਾਰਨ ਜਾਏ ਗੱਲਾ, ਲੋਕ ਨਾ ਜਾਣ ਲਾਏ, ਭੋਲੇ ਲੋਕ ਕੀ ਜਾਣਨ ਗੱਲਾ, ਲੋਕ ਨਾ ਜਾਣ ਲਾ, ਹੰਸ ਨਾ ਕੋਦਰਾ ਖਾਏ। ਵਿਚਾਰੇ ਭੋਲੇ ਲੋਕ ਕੀ ਜਾਣਨ ਵੀ ਇਹ ਆਮ ਪੰਛੀਆਂ ਵਰਗਾ ਪੰਛੀ ਨਹੀਂ ਜੇ ਆਪਣੀ ਖੁਰਾਕ ਪਛਾਣ ਕੇ ਨਿਸ਼ਚਿਤ ਕਰਕੇ ਆਇਆ। ਜਿਹਨੂੰ ਆਪਣੀ ਖੁਰਾਕ ਦੀ ਪਛਾਣ ਹੀ ਨਾ ਹੋਵੇ। ਜੇ ਅੱਜ ਸਾਨੂੰ ਗੁਰਬਾਣੀ ਦੀ ਪਛਾਣ ਹੀ ਨਾ ਹੋਵੇ ਤੇ ਅਸੀਂ ਕਿਵੇਂ ਹੰਸ ਵਾਂਗੂ ਗੁਰਸਿੱਖ ਅਖਵਾ ਸਕਾਂਗੇ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਹੈ ਸਿੱਖ ਹੰਸ ਸਰਵਰ ਇਕੱਠੇ ਹੋਏ, ਸਤਿਗੁਰ ਕਹਿ ਹੁਕਮ ਆਵੇ। ਸਿੱਖ ਹੰਸ ਤਾਂ ਹੈ ਜੇ ਆਪਣੇ ਚੋਗੇ ਨੂੰ ਪਛਾਣ ਕਰੇ, ਅਤੇ ਇਸੋ ਹੀ ਲਫਜ਼ ਭਾਈ ਗੁਰਦਾਸ ਜੀ ਦੇ ਪਿਛਲੇ ਲਫਜ਼ ਚਾਹੇ ਸਨ, ਧਰਮਸਾਲ ਹੈ ਮਾਨਸਾਰ ਹੰਸ ਗੁਰਸਿੱਖ ਵਾਹੋ। ਅਤੇ ਅਗਲੀ ਲਾਈਨ ਸੀ ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਖਾਓ। ਰਤਨ ਪਦਾਰਥ ਜਿਹੜੇ ਨੇ ਰਤਨਾਂ, ਜਿਨ੍ਹਾਂ ਦੀ ਚੋਗ ਹੰਸ ਨੇ ਚੁਗਣੀ ਹੈ, ਉਹ ਹੈ ਗੁਰੂ ਸ਼ਬਦ। ਨਾਲ ਨਾਲ ਫੈਸਲਾ ਕਰਿਓ ਸਾਡੇ ਜੀਵਨ ਦਾ ਤਾਤਪਰਜ ਕੀ ਹੈ, ਸਿੱਖ ਕਿਵੇਂ ਅਖਵਾ ਸਕਦਾ ਹੈ, ਹੰਸ ਕਿਵੇਂ ਅਖਵਾ ਸਕਦਾ ਹੈ। ਹੰਸ ਸੇ ਹੰਸਾ, ਬੱਗ ਸੇ ਬੱਗਾ, ਸ਼ਕਲਾਂ ਨਾਲ ਨਹੀਂ, ਬਗਲੇ ਦੀ ਸ਼ਕਲ ਹੰਸ ਨਾਲ ਮਿਲਦੀ ਜੇ, ਪਰ ਬਗਲਾ ਵਿਚਾਰ ਕਰਨ ਵਾਲੇ ਜਿਹੜਾ ਅੰਦਰ ਬੈਠਾ ਵਿਚਾਰ ਕਰਦਾ ਹੈ ਨਾ, ਵਿਚਾਰ ਸ਼ਕਤੀ ਦੇ ਸਾਹਮਣੇ ਪਤਾ ਲੱਗ ਜਾਂਦਾ ਹੈ ਇਹ ਹੰਸ ਹੈ, ਇਹ ਬਗਲਾ, ਸ਼ਕਲ ਮਿਲਦੀ ਹੈ। ਹੁਣ ਸੋਚਿਓ ਜੇ ਸ਼ਕਲ ਮਿਲਦੀ ਨਾਲ ਨਹੀਂ ਤਾਂ ਫਿਰ ਕਿਹੜੀ ਚੀਜ਼ ਮਿਲਣੀ ਚਾਹੀਦੀ ਹੈ ਜਿਹਦੇ ਨਾਲ ਹੰਸ ਅਖਵਾਏ। ਇਹੋ ਹੀ ਫੈਸਲਾ ਇਸ ਤੋਂ ਪੁੱਛ ਆਇਆ, ਕਹਿਣ ਲੱਗੇ
ਕਹਿਲਾ ਲੋਕ ਨਾ ਜਾਣਦਾ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਤਰਾ ਖਾਏ ਉਹ ਵਿਚਾਰੇ ਭੋਲੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਜਿਹੜੀ ਹੰਸਾਂ ਦੀ ਡਰ ਆਈ ਹੈ ਨਾ ਇਹ ਕੋਧਰਾ ਖਾਣ ਵਾਲੀ ਨਹੀਂ ਜਿਹੜੇ ਗੁਰਸਿੱਖ ਗੁਰਬਾਣੀ ਨਾਲ ਜੁੜਨ ਆਉਂਦੇ ਨੇ ਉਹ ਕੋਧਰਾ ਨਹੀਂ ਖਾਂਦੇ ਉਹ ਬਾਣੀ ਨੂੰ ਪਛਾਣਦੇ ਨੇ ਅਤੇ ਪਛਾਣ ਬੜੀ ਸੌਖੀ ਹੈ ਕਿਤੇ ਬਾਹਰੋਂ ਥੋੜ੍ਹਾ ਪਛਾਣ ਕਰਨੀ ਉਹ ਵੀ ਗੁਰੂ ਨੇ ਤਰੀਕਾ ਦੱਸਿਆ ਆ ਹੁਣੇ ਤੋਂ ਕਾਈ ਸੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕੀ ਬਾਣੀ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨਾ ਜਾਣਨੀ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਕਾ ਸ਼ਬਦ ਹੈ ਰਤਨ ਗੁਰੂ ਕਾ ਸ਼ਬਦ ਹੈ ਬੂਝੇ ਬੂਝਣ ਹਾਰ ਸ਼ਬਦ ਰਤਨ ਜਿਤਵਣ ਲਾਗਾ ਇਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਰਤਨ ਪਰ ਉਹਦੀ ਪਛਾਣ ਦਾ ਮਸਲਾ ਆ ਗਿਆ ਜੇ ਗੁਰੂ ਸ਼ਬਦ ਰਤਨ ਹੈ ਤਾਂ ਇਹਦੀ ਪਛਾਣ ਵੀ ਹੋਣੀ ਚਾਹੀਦੀ ਹੈ ਫਿਰ ਮੈਂ ਉਸ ਲਾਈਨ ਨੂੰ ਦੁਹਰਾਵਾਂ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਉਸ ਬਾਣੀ ਨੂੰ ਸੱਚ ਸਮਝੋ ਜਿਹਦੇ ਨਾਲ ਆਹ ਲਫਜ਼ ਹੋਣ ਕਿਉਂਕਿ ਬਾਣੀ ਲਫਜ਼ ਤਾਂ ਆਵਾਜ਼ ਦਾ ਹੈ ਹਿੰਦੁਸਤਾਨ ਵਿੱਚ ਰੇਡੀਓ ਸਟੇਸ਼ਨ ਨੂੰ ਆਕਾਸ਼ਵਾਣੀ ਆਖਦੇ ਨੇ ਆਕਾਸ਼ ਦੇ ਰਾਹੀਂ ਆਵਾਜ਼ ਆਉਂਦੀ ਲਹਿਰਾਂ 'ਤੇ ਉੱਡ ਕੇ ਆਉਂਦੀ ਹੈ ਤਰੰਗਾਂ 'ਤੇ ਉੱਡ ਕੇ ਆਉਂਦੀ ਹੈ ਅਤੇ ਇਸ ਨੂੰ ਇਸੇ ਲਈ ਆਕਾਸ਼ਵਾਣੀ ਆਖਿਆ ਜਾਂਦਾ ਹੈ ਬਲਕਿ ਗੁਰੂ ਨੇ ਕਿਉਂ ਆਖ ਦਿੱਤਾ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਅੱਜ ਦੇ ਸਬਜੈਕਟ ਵਿੱਚੋਂ ਅਸੀਂ ਰੋਜ਼ ਜੀਵਨ ਦਾ ਮਸਲਾ ਹੱਲ ਕਰਨਾ ਹੈ ਗੁਰੂ ਕਹਿੰਦੇ ਨੇ ਬਾਣੀ ਵਿਚਾਰ ਬਾਣੀ ਸਿਰਫ ਪੜ੍ਹਨ ਲਈ ਨਹੀਂ ਬਾਣੀ ਸਿਰਫ ਮੱਥਾ ਟੇਕਣ ਲਈ ਨਹੀਂ ਕੋਈ
5 ਪੜ੍ਹ ਰਿਹਾ, ਕੋਈ 7 ਪੜ੍ਹ ਰਿਹਾ, ਕੋਈ 10 ਪੜ੍ਹ ਰਿਹਾ, ਪਰ ਇਹ ਪਤਾ ਨਹੀਂ ਕੀ ਪੜ੍ਹ ਰਿਹਾ। ਗੱਲ ਵਿਚਾਰ ਦੀ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਕ ਕਸਵੱਟੀ ਦੱਸ ਦਿੱਤੀ ਤੇ ਬੜੀ ਅਜੀਬ ਗੱਲ ਹੈ, ਅਸੀਂ ਉਸ ਕਸਵੱਟੀ ਨੂੰ ਸਾਹਮਣੇ ਦੇਖ ਰਹੇ ਹਾਂ ਫਿਰ ਵੀ ਨਹੀਂ ਪਛਾਣ ਰਹੇ। ਸਤਿਗੁਰੂ ਆਖਦੇ ਨੇ, ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ, ਸਮਝੋ ਸੱਚੇ ਸੱਚੀ ਬਾਣੀ ਕਿਹੜੀ ਹੈ। ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਬਾਣੀਆਂ ਸਿਰ ਬਾਣੀ, ਇਹਦਾ ਮਤਲਬ ਬਾਣੀਆਂ ਕੋਈ ਹੋਰ ਵੀ ਨਹੀਂ, ਉਹਨਾਂ ਦੇ ਉੱਪਰ ਸਿਰ 'ਤੇ, ਕਿਉਂਕਿ ਸਿਰ ਸਭ ਤੋਂ ਉੱਚਾ ਹੁੰਦਾ, ਇਸ ਲਈ ਜਿੱਥੇ ਲਫ਼ਜ਼ ਸਿਰ ਆਵੇ ਨਾ ਉੱਥੇ ਸਮਝ ਲਓ ਸਭ ਤੋਂ ਉੱਚੀ, ਸਾਰੇ ਸਰੀਰ ਵਿੱਚੋਂ ਸਿਰ ਉੱਪਰ ਹੁੰਦਾ, ਇਸ ਲਈ ਇਹਨੂੰ ਸਿਰੇ ਦੀ ਆਖਦੇ ਨੇ। ਗਾਵੀ ਤਾਂ ਬਾਵਨੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰਬਾਣੀ ਸਭ ਤੋਂ ਉੱਚੀ, ਇਹਦਾ ਮਤਲਬ ਬਾਣੀਆਂ ਹੋਰ ਵੀ ਅਨੇਵੀਆਂ ਤੈਨੂੰ ਭਟਕਣੀਆਂ ਪੈਣਗੀਆਂ, ਬਾਣੀਆਂ ਹੋਰ ਵੀ ਨੇ, ਜੇ ਹੋਰ ਨਾ ਹੁੰਦੀਆਂ ਤਾਂ ਗੁਰੂ ਨੂੰ ਇਹ ਵੀ ਗੱਲ ਨਾਲ ਦੀ ਪੌੜੀ ਵਿੱਚ ਹੀ ਨਾ ਆਖਣੀ ਪੈਂਦੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਸਪਸ਼ਟ ਇਹਦਾ ਸਪਸ਼ਟ ਫੈਸਲੇ ਨੇ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ। ਫਿਰ ਕਹਿਣ ਲੱਗੇ ਨੁਕਸਾਨ ਵੀ ਇੱਕ ਹੋ ਰਿਹਾ ਕਿ ਉਹ ਇੱਕ ਕਹਿੰਦੇ ਕੱਚੇ ਸੁਣਦੇ ਕੱਚੇ, ਕਹਿ ਵੀ ਰਹੇ ਨੇ ਦਿਨ ਰਾਤ ਸਾਰੀ ਸਾਰੀ ਰਾਤ ਕਹਿਣ ਰਹਿਣ ਸਵਾਈਆਂ ਕਰ ਰਹੇ ਨੇ, ਪਰ ਇਹ ਨਹੀਂ ਪਰਖ ਰਿਹਾ ਕੀ ਕੀ ਪੜ੍ਹ ਰਹੇ ਹਾਂ। ਮੈਂ ਹੈਰਾਨ ਹਾਂ, ਸਤਿਗੁਰੂ ਨੇ ਕਸਵੱਟੀ ਇੱਕ ਦੇ ਦਿੱਤੀ, ਇੱਕ ਕਸਵੱਟੀ, ਉਹ ਇਹ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ। ਕਸਵੱਟੀ ਕੀ ਹੈ ਕਿ ਹਰ ਕਰਤਾ ਆਪ ਮੂੰਹੋਂ ਕਢਾਏ, ਮੇਰੀ ਕਹੀ ਹੋਈ ਬਾਣੀ ਨਾ ਹੋਵੇ, ਕਿਸੇ ਹੋਰ ਦੀ ਕਹੀ ਹੋਈ ਬਾਣੀ ਨਾ ਹੋਵੇ, ਹਰੀ ਕਰ। ਈਵਨ ਗੁਰੂ ਨਾਨਕ ਵੀ ਆਪਣੀ ਰਚਨਾ ਤੋਂ ਇਹ ਗੱਲ ਆਖ ਰਿਹਾ ਹੈ, ਉਹ ਆਪੋ ਬੋਲ ਨਾ ਜਾਣਦਾ, ਹਾਂ ਆਪੋ ਬੋਲ ਨਾ ਜਾਣਦਾ, ਹਾਂ ਕਿਹਾ ਸਭ ਹੁਕਮਾਓ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਕਿਹੜੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਛੁਪਾ ਸਾਡੇ ਕੋਲੋਂ ਛੁਪਾ ਕੇ ਰੱਖੀਏ, ਕਸਵੱਟੀ ਕਿਹੜੀ ਸਪਸ਼ਟ ਹੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ, ਇਹ ਧੁਰਤੀ ਬਾਣੀ ਆਈ, ਇਹ ਸਾਰੀ ਕਸਵੱਟੀ ਹੈ ਨਾ। ਅਤੇ ਹੁਣ ਜ਼ਰਾ ਸੋਚੋ, ਜੇ ਭਲਾ ਕੋਈ ਇਹਦੇ ਨਾਲ ਇਹ ਬਾਣੀ ਪੜ੍ਹ ਰਿਹਾ ਹੋਵੇ ਜਿਹੜੀ ਦੇ ਜਿਹਦੇ ਵਿੱਚ ਸਪਸ਼ਟ ਇਹ ਲਿਖ ਦਿੱਤਾ ਗਿਆ ਹੋਵੇ ਕਿ ਇਹ ਧੁਰਕੀ ਨਹੀਂ, ਇਹ ਕਰਤੇ ਦੀ ਨਹੀਂ, ਬਲਕਿ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ, ਇਹ ਪੜ੍ਹਿਆ ਨਹੀਂ ਜਾ ਰਿਹਾ, ਦੱਸੋ
ਸਾਡੇ ਅਸਥਾਨਾਂ 'ਤੇ ਰਹਿਰਾਸ ਦੇ ਨਾਮ ਥੱਲੇ ਪੜ੍ਹਿਆ ਜਾ ਰਿਹਾ, ਜਿੱਥੇ ਲਫਜ਼ ਨੇ ਮੇਰੇ 'ਤੇ ਜਗ ਮਾਤਾ ਨੇ ਦੇਵੀ ਨੇ ਕਿਰਪਾ ਕੀਤੀ ਹੈ ਤਾਂ ਹੀ ਮੈਂ ਇਹ ਗ੍ਰੰਥ ਲਿਖ ਸਕਿਆ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸਬਰ ਆਤਾ। ਚੌਪੀ ਦੀ ਆਖਰੀ ਤੁੱਕ ਹੈ, ਆਖਰੀ ਲਫਜ਼ ਨੇ ਕਿਲੇ ਵਿੱਚ ਸਗਲ ਦੇ ਕੋ ਹਰਤਾ ਦੁਸ਼ਟ ਜੋਖਣ ਕਿਉਂ ਛੈ ਕਰਤਾ। ਸ੍ਰੀ ਅਸਤੁਜ ਅੱਠਾਂ ਬਾਹਾਂ ਵਾਲਾ ਦੇਵਤਾ, ਜਦੋਂ ਉਹਦੇ 'ਤੇ ਉਹਦੀ ਮੇਰੇ 'ਤੇ ਦਿਆਲਤਾ ਹੋਈ ਤਾਂ ਮੈਂ ਇਹ ਗ੍ਰੰਥ ਲਿਖਿਆ। ਸ੍ਰੀ ਅਸਤੁਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ, ਇਹ ਵੀ ਲਿਖਿਆ ਗਿਆ। ਸਪਸ਼ਟ ਕਰਦਾ ਉਹਨੇ ਲੁਕਾ ਕੇ ਉਹਨੇ ਵੀ ਨਹੀਂ ਰੱਖਿਆ। ਇਹ ਤਾਂ ਸਾਡੀ ਅਣਗਹਿਲੀ ਹੈ ਨਾ ਕਿ ਅਸੀਂ ਦੋਨੋਂ ਗੱਲਾਂ ਨੂੰ ਆਮੋ ਸਾਹਮਣੇ ਰੱਖ ਕੇ ਪਰਖ ਨਹੀਂ ਸਕੇ। ਲੁਕਾ ਕੇ ਉਹਨੇ ਵੀ ਬੜਾ ਸਪਸ਼ਟ ਆਖਿਆ, ਸਾਧ ਅਸਾਧ ਜਾਣਿਓ ਨਹੀਂ, ਬਾਦ ਸੁਬਾਦ ਬਾਦ ਗ੍ਰੰਥ ਸਕਲ ਪੂਰਨ ਕੀਓ ਸ੍ਰੀ ਭਗਵਤ ਕਿਰਪਾ ਪ੍ਰਸਾਦ। ਭਗਵਤੀ ਦੇਵੀ ਭਗਵਤੀ ਦੀ ਕਿਰਪਾ ਨਾਲ ਹੀ ਮੈਂ ਇਹ ਗ੍ਰੰਥ ਲਿਖਿਆ। ਹੁਣ ਇੱਕ ਪਾਸੇ ਆ ਗੁਰੂ ਆਖ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਬੜਾ ਸਪਸ਼ਟ ਕਰ ਰਿਹਾ ਹੈ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹ ਕਢਾਏ, ਤੁਰਕੀ ਬਣ ਜਾਏ। ਅਤੇ ਜੇ ਦੋ ਚੀਜ਼ਾਂ ਸਾਡੇ ਸਾਹਮਣੇ ਇੱਕੋ ਕਸਵੱਟੀ 'ਤੇ ਪੂਰੀਆਂ ਨਾ ਉਤਰਦੀਆਂ ਹੋਣ ਅਸੀਂ ਪਰਖੀਏ ਨਾ, ਤਾਂ ਫਿਰ ਸਾਡੀ ਅਣਗਹਿਲੀ ਹੈ ਨਾ। ਸਤਿਗੁਰੂ ਨੇ ਅੱਜ ਦਾ ਜਿਹੜਾ ਸਬਜੈਕਟ ਹੈ ਉਹਦੇ 'ਚ ਸਪਸ਼ਟ ਕੀਤਾ, ਇਹ ਗੱਲ ਇਹ ਧੋਖਾ ਇਹ ਭਰਮ ਹੰਸ 'ਤੇ ਨਹੀਂ ਲਾਗੂ ਹੁੰਦਾ, ਹੰਸ 'ਤੇ ਲਾਗੂ ਨਹੀਂ ਹੁੰਦਾ। ਪਰਮ ਹੰਸ ਆਇਆ ਹੀ ਇਸ ਲਈ, ਉਹਦੇ 'ਚ ਦੋ ਗੁਣ ਨੇ। ਹੰਸ ਵਿੱਚ ਇੱਕ ਗੁਣ ਹੈ, ਪਰਮ ਹੰਸ ਵਿੱਚ ਦੋ ਗੁਣ ਨੇ, ਸਿੱਖ ਵਿੱਚ ਦੋ ਗੁਣ ਨੇ। ਹੰਸ ਵਿੱਚ ਗੁਣ ਹੈ ਅਤੇ ਉਹ ਸਿੱਖ ਵਿੱਚ ਵੀ ਹੈ ਇੱਕ ਗੁਣ। ਵਾਹਿਗੁਰੂ ਦਾਸ ਜੀ ਨੇ ਦੋ ਲਾਈਨਾਂ ਵਿੱਚ ਦੋਵਾਂ ਦਾ ਜ਼ਿਕਰ ਕੀਤਾ। ਕਹਿੰਦੇ ਨੇ ਜੈਸੇ ਖੀਰ ਨੀਰ ਕੋ ਨਬੇਰੋ ਕਰ ਜਾਣੇ ਹੰਸ, ਖੀਰ ਅਤੇ ਨੀਰ, ਖੀਰ ਕਹਿੰਦੇ ਨੇ ਦੁੱਧ ਨੂੰ, ਦੁੱਧ ਅਤੇ ਪਾਣੀ ਮਿਲਾ ਕੇ ਉਹਦੇ ਸਾਹਮਣੇ ਰੱਖ ਦਿੱਤਾ ਜਾਏ, ਮਿਕਸ ਮਿਲਾਵਟ ਕਰਕੇ ਰੱਖ ਦਿੱਤੀ ਜਾਏ, ਉਹ ਚੁੰਝ ਪਾਉਂਦਿਆਂ ਹੀ ਪਰਖ ਕੇ ਵੱਖ ਵੱਖ ਕਰ ਦਿੰਦਾ। ਕਹਿੰਦੇ ਨੀ ਇੰਨਾ ਇਹਦੇ 'ਚ ਪਾਣੀ ਆ, ਇੰਨਾ ਦੁੱਧ ਹੈ। ਹੰਸ ਦੀ ਬਿਰਤੀ ਹੈ। ਜੈਸੇ ਖੀਰ ਨੀਰ ਕੋ ਨਬੇਰੋ ਕਰ ਜਾਣੇ ਹੰਸ, ਅਤੇ ਅਗਲੀ ਲਾਈਨ ਵਿੱਚ ਗੱਲ ਸਿੱਖ ਦੀ ਕਰ ਦਿੱਤੀ ਨੇ, ਉਹ ਹੈ ਤੈਸੇ ਗੁਰ ਸ਼ਬਦ ਸੁਣਤ ਹੀ ਪਛਾਣੇ ਸਿੱਖ, ਉੱਥੇ ਹੰਸ ਹੈ ਇੱਥੇ ਸਿੱਖ ਹੈ। ਉੱਥੇ ਖੀਰ ਨੀਰ ਨੂੰ ਵੇਖਦਿਆਂ ਵੱਖ ਵੱਖ ਕਰਦਾ, ਇੱਥੇ ਸ਼ਬਦ ਨੂੰ ਸੁਣਦਿਆਂ ਹੀ ਪਛਾਣ ਜਾਂਦਾ ਕਿ ਇਹ ਕੱਚੀ ਬਾਣੀ ਹੈ ਸੱਚੀ ਬਾਣੀ ਹੈ।
ਦੇਖੋ ਫੈਸਲੇ ਮੇਰੇ ਨਹੀਂ, ਮੈਂ ਤੁਹਾਡੇ ਸਾਹਮਣੇ ਸਿਰਫ ਗੁਰਮਤਿ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਾਂ ਭਾਈ ਗੁਰਦਾਸ ਜੀ ਦੇ ਫੈਸਲੇ ਰੱਖ ਰਿਹਾ। ਇੱਕ ਲਾਈਨ ਵਿੱਚ ਆਖ ਰਹੇ ਨੇ, ਇੱਕੋ ਵਾਰ ਦੀ ਇੱਕੋ ਪੌੜੀ ਦੀਆਂ ਦੋ ਲਾਈਨਾਂ ਨੇ ਨਾਲ ਦੀਆਂ ਨਾਲ ਦੀਆਂ। ਪਹਿਲੀ ਲਾਈਨ ਵਿੱਚ ਇੱਕ ਲਾਈਨ ਵਿੱਚ ਆਖ ਰਹੇ ਨੇ, ਜੈਸੇ ਖੀਰ ਨੀਰ ਕੋ ਨਬੇਰੋ ਕਰ ਜਾਣੇ ਹੰਸ, ਅਤੇ ਦੂਜੀ ਅਗਲੀ ਲਾਈਨ ਵਿੱਚ ਆਖ ਰਹੇ ਨੇ, ਤੈਸੇ ਗੁਰ ਸ਼ਬਦ ਸੁਣਤ ਹੀ ਪਛਾਣੇ ਸਿੱਖ। ਸ਼ਬਦ ਸੁਣਦਿਆਂ ਹੀ ਪਛਾਣ ਹੋਣੀ ਚਾਹੀਦੀ, ਸਾਨੂੰ ਪਤਾ ਹੋਵੇ ਕੱਚੀ ਬਾਣੀ ਕਿਉਂ ਮਿਲਾਵਟ ਕੀਤੀ ਗਈ, ਫਿਰ ਹੰਸ ਕਿਵੇਂ ਹੋਏ, ਅਤੇ ਸਿੱਖ ਹੰਸ ਸਰਵਰ ਇਕੱਠੇ ਹੋਏ ਗੁਰੂ ਕੇ ਦਰਬਾਰ ਧਰਮਸਾਲ ਤਾਂ ਮਾਨ ਸਰੋਵਰ ਤਾਂ ਹੀ ਹੈ, ਇੱਥੇ ਹੰਸ ਬੈਠਣ। ਅੱਜ ਤਾਂ ਦੁਖਾਂਤ ਕੀ ਹੈ, ਮਾਨੋ ਮਾਨ ਸਰੋਵਰ ਤਾਂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਹੈ, ਪਰ ਵਿਸ਼ਵਾਸ ਕਰਿਓ ਜਿਵੇਂ ਸਾਰਾ ਕਿਨਾਰਾ ਕਿਨਾਰਾ ਜਿਹੜਾ ਹੈ ਉਹ ਬਗਲਿਆਂ ਨੇ ਸਾਂਭ ਲਿਆ, ਹੰਸਾਂ ਜੋ ਵੀ ਥਾਂ ਹੀ ਕੋਈ ਨਹੀਂ ਛੱਡੀ, ਹਰ ਪਾਸੇ ਬਗਲੇ ਹੀ ਬਗਲੇ ਬੈਠੇ ਨੇ। ਅਤੇ ਬਗਲਿਆਂ ਦੀ ਨਿਸ਼ਾਨੀ ਕੀ ਹੈ, ਸਤਿਗੁਰੂ ਨੇ ਆਪਣੀ ਰਸਨਾ ਤੋਂ ਇਸੇ ਲਈ ਕਹਿ ਦਿੱਤਾ। ਕਹਿਣ ਲੱਗੇ, ਹੰਸ ਆਪਣੀ ਚੋਗ ਨੂੰ ਪਛਾਣਦਾ, ਇਹੋ ਹੀ ਸਿੱਖ ਦੀ ਨਿਸ਼ਾਨੀ ਦੂਜੀ ਪਾਸੇ ਕਹਿ ਦਿੱਤੀ। ਸਿੱਖ ਸ਼ਬਦ ਦੀ ਚੋਣ ਕਰਦਾ ਆਪਣੀ, ਕਿਉਂਕਿ ਉਹਦੀ ਚੋਗ ਹੈ, ਉਹ ਉਹਦਾ ਭੋਜਨ ਹੈ, ਪਛਾਣਦਾ। ਪਰ ਅਜੀਬ ਗੱਲ ਇਹ ਹੈ, ਇੱਕ ਗੁਣ ਵਾਧੂ ਹੈ ਸਿੱਖ ਵਿੱਚ ਜਿਹੜਾ ਹੰਸ ਵਿੱਚ ਨਹੀਂ। ਇਹਨੂੰ ਪਰਮ ਹੰਸ ਕਿਉਂ ਆਖਿਆ ਗਿਆ, ਉਹ ਭਰਿਆ ਤੈਨੂੰ ਤੇ ਐਡੀ ਮਹਾਨਤਾ ਮਿਲੀ ਹੈ ਸਿੱਖ ਅਖਵਾਉਣ ਵਾਲਿਆ, ਸਿੱਖ ਬਣ, ਸਰੂਪ ਦਾ ਨਹੀਂ ਸਿਧਾਂਤ ਦਾ, ਪਛਾਣ ਕਰਨ ਵਾਲਾ ਸਿੱਖ ਬਣ। ਕਹਿੰਦੇ ਨੇ ਪਰਮ ਹੰਸ ਕਿਉਂ ਹੈ, ਇੱਕ ਗੁਣ ਇਹਦੇ ਚ ਹੰਸ ਨਾਲੋਂ ਵੱਡਾ ਹੈ, ਉਹਦਾ ਜ਼ਿਕਰ ਵੀ ਬਾਣੀ ਵਿੱਚ ਕੀਤਾ ਨੇ। ਕਹਿਣ ਲੱਗੇ, ਹੰਸਾਂ ਵਿੱਚ ਬੈਠਾ ਹੰਸਾਂ ਵਿੱਚ ਬੈਠਾ ਬੱਗ ਨਾ ਬਣੀ। ਜੇ ਹੰਸ ਬੈਠੇ ਹੋਣ ਉਹਨਾਂ ਵਿੱਚ ਆ ਕੇ ਇੱਕ ਬਗਲਾ ਬਹਿ ਜਾਏ ਤੇ ਮਤ ਸਮਝਿਓ ਵੀ ਕੁਝ ਸਮੇਂ ਬਾਅਦ ਇਹ ਬਗਲਾ ਹੰਸ ਬਣ ਜਾਏਗਾ। ਇਹ ਹੰਸਾਂ ਵਿੱਚ ਤਾਕਤ ਨਹੀਂ ਕਿ ਉਸ ਬਗਲੇ ਨੂੰ ਹੰਸ ਬਣਾ ਲੈਣ, ਉਹ ਉੱਥੇ ਬੈਠਾ ਵੀ ਇਹੋ ਉਡੀਕ ਕਰੇਗਾ ਕੋਈ ਮੱਛੀ ਮੇਰੀ ਗ੍ਰਿਪ ਵਿੱਚ ਆ ਜਾਏ। ਗੁਰਬਾਣੀ ਹੈ, ਫੈਸਲੇ ਬਾਣੀ ਨੇ ਬੜੇ ਸਪਸ਼ਟ ਕੀਤੇ ਨੇ। ਸਤਿਗੁਰੂ ਕਹਿੰਦੇ ਨੇ, ਹੰਸਾਂ ਵਿੱਚ ਬੈਠਾ ਪੱਗ ਨਾ ਬਣੇ, ਨਿਤ ਬੈਠਾ ਮੱਛੀ ਨੂੰ ਤਾਰ ਲਾਵੇ, ਨਿਤ ਬੈਠਾ ਮੱਛੀ ਨੂੰ ਤਾਰ ਲਾਵੇ, ਜਹੰਸ ਸਭਾ ਵਿਚਾਰ ਕਰ ਦੇਖੇ।
ਸਮਝੇ ਭਲਾ ਹੰਸ ਕਦੀ ਪਛਾਣ ਕਰਨ ਤੇ ਵੇਖਣ ਵੀ ਇਹ ਤਾਂ ਬਗਲਾ ਹੈ, ਕੱਲ੍ਹ ਵੀ ਬਗਲਾ ਸੀ, ਪਰਸੋਂ ਵੀ ਬਗਲਾ ਸੀ, ਇੱਥੇ ਬੈਠ ਕੇ ਮੱਛੀ ਨੂੰ ਤਾਰ ਲਾਉਂਦਾ ਸੀ, ਉਡੀਕ ਕਰ ਰਿਹਾ ਸੀ। ਜਾਂ ਸਭਾ ਵਿਚਾਰ ਕਰ ਦੇਖੇ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ, ਫਿਰ ਉਹ ਸਮਝਣਗੇ ਵੀ ਬਗਲੇ ਦੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ। ਇਹ ਤਾਂ ਉੱਪਰੋਂ ਦਿਖਾਵਾ ਹੈ, ਸਾਡੇ ਵਰਗਾ ਬਣ ਬਣ ਬਹਿੰਦਾ ਹੈ ਬਗਲਾ। ਸਤਿਗੁਰੂ ਹੰਸਭਾ ਵਿਚਾਰ ਕਰ ਦੇਖੇ ਬੱਗਾਂ ਨਾਲ ਜੋੜ ਕਦੇ ਨਾ ਆਵੇ। ਕਹਿੰਦੇ ਨੇ ਫਰਕ ਕੀ ਹੈ ਕਿ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਵੇ। ਗਏ ਬਗੈ ਦੋਨੋਂ ਕਿਨਾਰੇ ਉਸੇ ਤੇ ਨੇ। ਫਿਰ ਕਹਿਣ ਲੱਗੇ ਇਹੋ ਹੀ ਤਰੀਕਾ ਹੈ ਪਰਮ ਹੰਸ ਦੀ ਨਿਸ਼ਾਨੀ ਕੀ ਹੈ ਕਿ ਬਗਲਾ ਕਿਸੇ ਹੰਸ ਕਿਸੇ ਬਗਲੇ ਨੂੰ ਹੰਸ ਨਹੀਂ ਬਣਾ ਸਕਿਆ। ਸਿੱਖ ਵਿੱਚ ਪਰਮ ਹੰਸ ਦੀ ਨਿਸ਼ਾਨੀ ਦੂਜੀ ਕਿ ਬਗਲਾ ਕਿਸੇ ਹੰਸ ਕਿਸੇ ਬਗਲੇ ਨੂੰ ਹੰਸ ਨਹੀਂ ਬਣਾ ਸਕਿਆ। ਪਰ ਸਿੱਖਾ ਤੂੰ ਪਰਮ ਹੰਸ ਤਾਂ ਹੈ ਜੇ ਤੇਰੀ ਸੰਗਤ ਵਿੱਚ ਆਉਣ ਵਾਲਾ ਵੀ ਕੱਲ੍ਹ ਦਾ ਸਿੱਖ ਬਣ ਜਾਏ। ਆ ਫਰਕ ਹੈ। ਸਿੱਖ ਸੰਗਤ ਵਿੱਚ ਆ ਕੇ ਬੈਠੇ ਬਗਲਾ ਜਿਹੜਾ ਸਿਰਫ ਦਿਖਾਵੇ ਮਾਤਰ ਹੋਵੇ, ਪਰ ਤੇਰੇ ਕੋਲ ਤੇਰੀ ਸੰਗਤ ਵਿੱਚ ਬੈਠਣ ਦਾ ਫਾਇਦਾ ਲਾਭ ਤਾਂ ਹੈ ਜੇ ਦੋ ਚਾਰ ਦਿਨ ਤੇਰੀ ਸੰਗਤ ਕਰਕੇ ਉਹ ਵੀ ਹੰਸ ਬਣ ਜਾਏ, ਤਾਂ ਤੂੰ ਪਰਮ ਹੰਸ ਹੈ। ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਇੱਕ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਦਰਸ਼ਨ ਦੇਖਣ ਨਾਮ ਦਿਓ ਭਲਕੇ ਉੱਠ ਤ੍ਰਿਲੋਚਨ ਆਵੇ। ਤ੍ਰਿਲੋਚਨ ਵਿਚਾਰਾ, ਉਹਨੂੰ ਪਤਾ ਹੀ ਨਹੀਂ ਰੱਬ ਕੀ ਹੁੰਦਾ, ਭਗਤੀ ਕੀ ਚੀਜ਼ ਹੈ, ਤੇ ਨਾਮਦੇਵ ਦੀ ਸੰਗਤ ਵਿੱਚ ਆ ਜਾਂਦਾ ਹੈ ਰੋਜ਼, ਤੇ ਨਾਮਦੇਵ ਉਹਨੂੰ ਰੱਬ ਦੀਆਂ ਗੱਲਾਂ ਸੁਣਾਉਂਦਾ ਹੈ। ਰੱਬ ਦੀਆਂ ਗੱਲਾਂ ਸੁਣ ਸੁਣ ਕੇ ਮਨ ਇੰਨਾ ਉਤਸ਼ਾਹ ਵਿੱਚ ਆਉਂਦਾ ਹੈ ਕਿ ਇੱਕ ਦਿਨ ਤ੍ਰਿਲੋਚਨ ਹੱਥ ਜੋੜ ਖਲੋਂਦਾ ਹੈ, ਕਹਿੰਦਾ ਹੈ ਜਿੰਦੀਆਂ ਗੱਲਾਂ ਰੋਜ਼ ਕਰਨਾ ਹੈ ਉਹ ਮੈਨੂੰ ਵੀ ਮਿਲਾ ਦੇ। ਤੇਰੀ ਸੰਗਤ ਦਾ ਫਾਇਦਾ ਤਾਂ ਹੈ ਜੇ ਕੋਈ ਬਗਲਾ ਵੀ ਹੰਸ ਬਣ ਜਾਏ। ਭਾਈ ਸਾਹਿਬ ਨੇ ਬੜੀ ਖੂਬਸੂਰਤ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਦਰਸ਼ਨ ਦੇਖਣ ਨਾਮ ਦਿਓ ਭਲਕੇ ਉੱਠ ਤ੍ਰਿਲੋਚਨ ਆਵੇ, ਭਗਤ ਕਰਨ ਮਿਲ ਦੋਇ ਜਣੇ, ਨਾਮ ਦੇਵ ਹਰੀ ਚਲਤ ਸੁਣਾਵੇ। ਰੱਬ ਦੀਆਂ ਗੱਲਾਂ ਸੁਣਾਉਂਦਾ ਹਰੀ, ਨਾਮ ਦੇਵ ਹਰੀ ਚਲਤ ਸੁਣਾਵੇ। ਤੇ ਹੁਣ ਤ੍ਰਿਲੋਚਨ ਵੀ ਆਖਦਾ ਹੈ, ਕਹਿੰਦਾ ਉਹ ਰੱਬ ਮੈਨੂੰ ਵੀ ਮਿਲਾ ਦੇ ਜਿੰਦੀਆਂ ਰੋਜ਼ ਗੱਲਾਂ ਕਰਨੀਆਂ। ਉਹ ਭਲਿਆ ਤੇਰੇ ਕੋਲ ਬੈਠਣ ਵਾਲਿਆਂ ਦਾ ਦਿਲ ਕਰੇ ਕਿ ਮੈਂ ਤੇਰੇ ਵਰਗਾ ਸਿੱਖ ਬਣ ਜਾਵਾਂ, ਬਸ
ਆਹ ਫਰਕ ਹੈ, ਤਾਂ ਤੂੰ ਪਰਬੰਸ ਹੈ। ਹੰਸ ਕਿਸੇ ਬਗਲੇ ਨੂੰ ਹੰਸ ਨਹੀਂ ਬਣਾ ਸਕਿਆ, ਪਰ ਸਿੱਖ ਦੀ ਸਿੱਖੀ ਸਿਧਾਂਤ ਦੀ ਜੀਵਨ ਸ਼ੈਲੀ ਉਹ ਹੋਣੀ ਚਾਹੀਦੀ ਹੈ, ਉਹ ਮਹਾਨ ਹੋਣੀ ਚਾਹੀਦੀ ਹੈ ਕਿ ਕੋਲ ਚਾਰ ਦਿਨ ਸੰਗਤ ਕਰਨ ਵਾਲਾ ਹੱਥ ਜੋੜ ਕੇ ਆਖੇ ਮੈਨੂੰ ਵੀ ਸਿੱਖੀ ਬਖਸ਼ ਦੇ, ਅਤੇ ਫਿਰ ਤੂੰ ਪਰਮਹੰਸ ਹੈ, ਫਿਰ ਤੇਰਾ ਗੁਰੂ ਨਾਲ ਰਿਸ਼ਤਾ ਹੈ, ਅਤੇ ਫਿਰ ਗੁਰੂ ਨਾਲ ਰਿਸ਼ਤਾ ਵੀ ਉਹ ਹੈ ਜਿਸ ਦੇ ਸੰਬੰਧ ਵਿੱਚ ਸਤਿਗੁਰੂ ਆਪਣੀ ਰਸਨਾ ਤੋਂ ਹੀ ਬਾਣੀ ਵਿੱਚ ਫਰਮਾਉਂਦੇ ਨੇ, ਕਹਿੰਦੇ ਨੇ ਸਿੱਖ ਹੰਸ ਸਰਵਰ ਇਕੱਠੇ ਹੋਏ, ਸਿੱਖ ਹੰਸ ਸਰਵਰ ਇਕੱਠੇ ਹੋਏ, ਸਤਿਗੁਰ ਕੈ ਹੁਕਮ ਆਵੇ, ਜਨ ਨਾਨਕ ਜਿਸ ਦੇ ਮਸਤਕ ਭਾਗ ਧੁਰ ਲਿਖਿਆ, ਜਨ ਨਾਨਕ ਜਿਸ ਦੇ ਮਸਤਕ ਭਾਗ ਧੁਰ ਲਿਖਿਆ, ਸੋ ਸਿੱਖ ਗੁਰੂ ਪੈ ਆਵੇ, ਸਰਵਰ ਸਰਵਰ ਅੰਦਰ ਹੀਰਾ, ਸੋਹੰਸਾਦਾ ਖਾਨਾ, ਸੋਹੰਸਾਦਾ ਖਾਨਾ, ਸਰਵਰ ਹੰਸ ਬਣੋ, ਬਣ ਸਕਦੇ ਹੋ ਜੇ ਆਪਣੀ ਚੋਗ ਪਛਾਣ ਲਓ। ਇਹ ਨਹੀਂ
ਜੋ ਕੋਈ ਕਹਿ ਗਿਆ ਠੀਕ ਹੈ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛਣਾ ਹੈ ਕੀ ਠੀਕ ਹੈ ਕੀ ਗਲਤ ਹੈ। ਆਪਣੀ ਯੋਗ ਪਛਾਣੋ। ਦੂਜਾ ਇਹ ਕਿ ਆਪਣੇ ਜੀਵਨ ਦੀ ਉਹ ਸ਼ੈਲੀ ਬਣ ਜਾਏ ਕਿ ਕੋਈ ਬਗਲਾ ਵੀ ਆ ਕੇ ਕੋਲ ਬੈਠੇ ਉਹ ਵੀ ਸਿੱਖ ਬਣ ਜਾਏ, ਉਹ ਵੀ ਆਪਣੀ ਯੋਗ ਚੋਗ ਬਦਲ ਲੈ, ਉਹ ਵੀ ਪਛਾਣ ਲੈ ਸਿੱਖੀ ਕੀ ਹੈ। ਅਤੇ ਧਰਮਸਾਲ ਹੈ ਮਾਨਸਰ ਅਤੇ ਹੰਸ ਗੁਰਸਿੱਖ ਵਾਹੋ। ਬਸ ਇਉਂ ਹੀ ਧਰਮਸਾਲ ਬਣਦੀ ਹੈ, ਇਉਂ ਗੁਰਦੁਆਰਾ ਬਣਦਾ, ਇਉਂ ਸਤਸੰਗ ਬਣਦਾ, ਨਹੀਂ ਤਾਂ ਦੀਵਾਰਾਂ ਇਮਾਰਤਾਂ ਬਿਲਡਿੰਗਾਂ ਨਾਲ ਨਹੀਂ ਬਣਦਾ। ਜੇ ਇਹ ਇਉਂ ਹੀ ਬਣਦਾ ਹੁੰਦਾ ਤਾਂ ਸਤਿਗੁਰੂ ਨੂੰ ਬਾਣੀ ਵਿੱਚ ਇਹ ਨਾ ਗੱਲ ਆਖਣੀ ਪੈਂਦੀ ਕਿ ਮੈਂ ਮਸੀਤਾਂ ਵਿੱਚ ਜਾ ਕੇ ਵੀ ਦੇਖਿਆ ਹੈ ਉੱਥੇ ਵੀ ਰੱਬ ਨਹੀਂ, ਮੰਦਰਾਂ ਵਿੱਚ ਵੀ ਜਾ ਕੇ ਦੇਖਿਆ ਹੈ ਉੱਥੇ ਵੀ ਰੱਬ ਨਹੀਂ, ਅਤੇ ਫਿਰ ਕਿੱਥੇ ਹੈ ਤੇਰੇ ਅੰਦਰ ਹੈ। ਮੈਂ ਤਾਂ ਇੱਕ ਵਾਰ ਅਰਜ਼ ਕੀਤੀ ਸੀ ਨਾ ਕਿ ਨਾਮਦੇਵ ਜੀ ਦਾ ਸ਼ਬਦ ਹੈ ਜਿਹਦੇ ਮੁਤਾਬਕ ਅੱਖਰੀ ਅਰਥ ਅਸੀਂ ਅਕਸਰ ਇਹ ਕਰ ਜਾਂਦੇ ਹਾਂ ਕਿ ਉਹ ਜਦੋਂ ਠਾਕੁਰ ਦੁਆਰੇ ਵਿੱਚ ਆਇਆ ਉਹਨੂੰ ਧੱਕੇ ਮਾਰ ਕੇ ਕੱਢਿਆ ਗਿਆ ਅਤੇ ਉਹ ਠਾਕੁਰ ਦੁਆਰੇ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ਅਤੇ ਉੱਥੇ ਪੁਰਾਣੀ ਸਾਖੀ ਦੇ ਮੁਤਾਬਕ ਉਸ ਦਿਓਰੇ ਦਾ ਮੂੰਹ ਫਿਰ ਗਿਆ। ਹਸਤ ਖੇਲ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹਿੰਡੀ ਜਾਤ ਮੇਰੀ ਜਦ ਮਿਲਾਇਆ, ਛੀਪੇ ਕੇ ਜਨਮ ਕਾ ਅੱਗੇ ਆ ਗਏ ਲਫਜ਼ ਨੇ, ਲੈ ਕਮਲੀ ਚੱਲਿਓ ਪਲਟਾਏ ਦਿਓਰੇ ਪਾਛੇ ਬੈਠਾ ਬੈਠਾ ਜਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕਾ ਦਿਓਰਾ ਫਿਰਿਆ। ਪਿੱਛੇ ਆ ਕੇ ਬਹਿ ਗਿਆ। ਫਿਰ ਵਿਸ਼ਵਾਸ ਕਰਿਓ, ਕੋਈ ਦੀਵਾਰਾਂ ਨਹੀਂ ਫਿਰਦੀਆਂ, ਕੋਈ ਬਿਲਡਿੰਗਾਂ ਨਹੀਂ ਫਿਰਦੀਆਂ, ਅਸਲ ਵਿੱਚ ਉੱਥੇ ਹੀ ਸਤਸੰਗ ਬਣ ਗਿਆ। ਸਤਸੰਗ ਦਿਓਰਾ ਹੈ ਰੱਬ ਦਾ, ਧਰਮਸਾਲ ਹੈ ਮਾਨਸਰ ਹੈ, ਸਤਸੰਗ ਹੀ ਮਾਨਸਰ ਹੈ, ਸਤਸੰਗ ਹੀ ਧਰਮਸਾਲ ਹੈ। ਜਿੱਥੇ ਸੱਚ ਦੀ ਗੱਲ ਹੋਵੇ ਉਹ ਸੱਚਖੰਡ ਹੈ, ਜਿੱਥੇ ਸੱਚ ਦੀ ਗੱਲ ਨਾ ਹੋਵੇ ਕਦਾ ਸੱਚਖੰਡ ਹੈ। ਐਸਾ ਇਸੇ ਸ਼ਬਦ ਵਿੱਚ ਅਗਲੀ ਤੁਕ ਆਈ ਸੀ, ਸੱਚ ਕਮਾਣੇ ਸੱਚੋ ਪਾਈ ਹੈ, ਕੂੜੇ ਕੂੜਾ ਮਾਣਾ। ਜਿਹੜੇ ਸੱਚ ਕਿੱਥੇ ਬਹਿ ਕੇ ਕਮਾਉਂਦੇ ਨੇ ਉਹਨਾਂ ਨੂੰ ਸੱਚ ਪ੍ਰਾਪਤ ਹੁੰਦਾ, ਅਤੇ ਜਿਹੜੇ ਕੂੜ ਬੋਲਦੇ ਨੇ, ਝੂਠੀ ਆਪਣੀ ਚੋਗ ਨਹੀਂ ਪਛਾਣ ਸਕਦੇ, ਕੂੜ ਬੋਲਦੇ ਨੇ, ਵਿਸ਼ਵਾਸ ਕਰੋ ਉਹ ਮਨ ਦੇ ਵੀ ਕੂੜ ਹੀ ਨੇ। ਸੱਚ ਕਮਾਣੇ ਸੱਚੋ ਪਾਈ ਹੈ, ਕੂੜੇ ਕੂੜਾ ਮਾਣਾ। ਅਸੀਂ ਕੂੜਾ ਨਹੀਂ ਮਾਣਨਾ, ਅਸੀਂ ਸੱਚ ਮਾਣਨਾ। ਇਸ ਲਈ ਸਾਨੂੰ ਸੱਚੀ ਬਾਣੀ ਨਾਲ ਜੁੜਨਾ ਅਤੇ ਪਰਖ ਕੇ ਸ਼ਬਦ ਨੂੰ ਜੁੜਨਾ, ਇਹ ਸਾਡੇ ਹੰਸ ਹੋਣ ਦੀ ਨਿਸ਼ਾਨੀ ਹੋਵੇਗੀ। ਇਹਨਾਂ ਸ਼ਬਦਾਂ ਨਾਲ ਖਿਮਾਉਂਦਾ ਜਾ ਚੁੱਕ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।